102 ਸਾਲ ਦੀ ਉਮਰ ਦੇ ਵਿੱਚ ਅਸਮਾਨ 'ਚ ਮਨਾਇਆ ਜਨਮ ਦਿਨ ਹੈ। ਮਾਈ ਪੰਜਾਬੀ ਟੀ ਵੀ ਦੇਖ ਰਹੇ ਹੋ ਤੁਸੀਂ, ਮੈਂ ਸ਼ਿਖਰ ਸੰਧੀਰ। ਕਹਿੰਦੇ ਨੇ ਨਾ ਕਿ ਏਜ ਇਜ਼ ਜਸਟ ਆ ਨੰਬਰ, ਔਰ ਇਸਨੂੰ ਡਿਫਾਈਨ ਕਰਦੀ ਹੋਈ ਇੱਕ ਮਹਿਲਾ ਜਿਸਦੀ ਉਮਰ 102 ਸਾਲ ਹੈ ਪਰ ਉਸਦਾ ਜਜ਼ਬਾ ਬਿਲਕੁਲ ਛੋਟੇ ਬੱਚਿਆਂ ਵਰਗਾ ਹੈ। 102 ਸਾਲ ਦੀ ਉਮਰ ਦੇ ਵਿੱਚ ਉਸਨੇ ਅਜਿਹਾ ਰਿਕਾਰਡ ਆਪਣੇ ਨਾਮ ਦਰਜ ਕੀਤਾ ਜੋ ਵੱਡੇ ਵੱਡਿਆਂ ਦੇ ਹੱਥ ਵੀ ਨਹੀਂ ਲੱਗਦਾ। ਦਰਅਸਲ 102 ਸਾਲ ਦੀ ਉਮਰ ਦੇ ਵਿੱਚ ਜਦੋਂ ਪਹੁੰਚੀ ਤਾਂ ਉਸਨੇ ਆਪਣੇ ਜਨਮਦਿਨ ਨੂੰ ਮਨਾਉਣ ਦੇ ਲਈ ਇੱਕ ਅਲੱਗ ਤਰੀਕੇ ਦੀ ਤਰਕੀਬ ਸੋਚੀ। ਉਸਨੇ ਸਕਾਈ ਡਾਈਵਿੰਗ ਕੀਤੀ ਔਰ ਹਜ਼ਾਰਾਂ ਕਿਲੋਮੀਟਰ ਦੂਰ ਧਰਤੀ ਤੋਂ ਹਵਾ ਦੇ ਵਿੱਚ ਉੱਡਦੀ ਹੋਏ ਉਸਨੇ ਆਪਣਾ ਜਨਮਦਿਨ ਮਨਾਇਆ। ਆਖਿਰਕਾਰ ਕਿਸ ਤਰੀਕੇ ਨਾਲ ਉਸਨੂੰ ਇਹ ਆਈਡੀਆ ਆਇਆ ਔਰ ਇਹ ਮਹਿਲਾ ਕਿੱਥੋਂ ਦੀ ਰਹਿਣ ਵਾਲੀ, ਦੱਸਦੇ ਹਾਂ। 102 ਸਾਲ ਦੀ ਉਮਰ ਦੇ ਵਿੱਚ ਅਜੀਬ ਸ਼ੌਂਕ ਕੁਝ ਲੋਕਾਂ ਨੇ ਪਾਲ ਲਿਆ ਔਰ ਉਸਦੇ ਵਿੱਚੋਂ ਇਹ ਮਹਿਲਾ ਆਉਂਦੀ ਹੈ। ਅਜਿਹਾ ਕੰਮ ਕਰ ਦਿਖਾਇਆ ਜੋ ਕਿ ਹੁਣ ਸਭ ਨੂੰ ਪ੍ਰੇਰਣਾ ਦੇ ਰਹੀ ਹੈ। 102 ਸਾਲ ਦੀ ਉਮਰ ਦੇ ਵਿੱਚ ਮੈਨਟ ਨੇ ਹੁਣ ਆਪਣੇ ਨਾਮ ਇੱਕ ਰਿਕਾਰਡ ਦਰਜ ਕਰ ਲਿਆ, ਅਸਮਾਨ ਤੋਂ ਛਾਲ ਮਾਰ ਕੇ ਆਪਣਾ ਜਨਮਦਿਨ ਮਨਾਇਆ। ਇੰਗਲੈਂਡ ਦੇ ਸੋਫਲੋਕ ਦੀ ਰਹਿਣ ਵਾਲੀ ਮੈਨਟ ਨੇ ਆਪਣੀ ਜ਼ਿੰਦਗੀ ਦਾ ਇੱਕ ਹੋਰ ਸਾਲ ਪੂਰਾ ਕਰ ਲਿਆ ਔਰ ਜਸ਼ਨ ਹਵਾ ਦੇ ਵਿੱਚ ਮਨਾਇਆ, ਜਹਾਜ਼ ਤੋਂ ਛਾਲ ਮਾਰ ਕੇ। ਉਸਦੀ ਹਿੰਮਤ ਨੂੰ ਸਭ ਕੋਈ ਸਲਾਮ ਕਰ ਰਿਹਾ। ਇੱਕ ਰਿਪੋਰਟ ਦੇ ਵਿੱਚ ਛਪਦਾ ਜਿੱਥੇ 102 ਸਾਲ ਦੀ ਇਹ ਔਰਤ ਲਿਖਦੀ ਹੈ, ਮੈਨੂੰ ਸਕਾਈ ਡਾਈਵਿੰਗ ਕਰਨ ਦਾ ਬਹੁਤ ਸ਼ੌਂਕ ਸੀ। ਮੈਂ ਚਾਹੁੰਦੀ ਸੀ ਕਿ ਮੈਂ ਕਿਸੇ ਵਕਤ ਸਕਾਈ ਡਾਈਵਿੰਗ ਕਰਾਂ ਔਰ ਬਸ ਫਿਰ ਮੈਂ ਇਸ ਬਰਥਡੇ ਦੇ ਉੱਤੇ ਸੋਚਿਆ ਕਿ ਕਿਉਂ ਨਾ ਕੁਛ ਅਲੱਗ ਕੀਤਾ ਜਾਵੇ ਅਤੇ ਫਿਰ ਸਕਾਈ ਡਾਈਵਿੰਗ ਕੀਤੀ। ਜਦੋਂ ਮੈਂ ਪਲੇਨ ਦੇ ਵਿੱਚ ਬੈਠੀ ਸੀ ਤਾਂ ਮੈਨੂੰ ਜ਼ਰੂਰ ਥੋੜ੍ਹੀ ਘਬਰਾਹਟ ਹੋ ਰਹੀ ਸੀ। ਮੈਨੂੰ ਲੱਗਦਾ ਸੀ ਕਿ ਮੈਂ ਛਾਲ ਮਾਰ ਵੀ ਪਾਊਂਗੀ ਅਤੇ ਉਸ ਤੋਂ ਬਾਅਦ ਬਚ ਵੀ ਪਾਊਂਗੀ ਕਿ ਨਹੀਂ। ਮੈਨੂੰ ਯਾਦ ਹੈ ਮੇਰੀਆਂ ਲੱਤਾਂ ਜਦੋਂ ਬਾਹਰ ਨਿਕਲੀਆਂ ਤਾਂ ਮੈਂ ਕੰਬ ਰਹੀ ਸੀ ਔਰ ਮੈਨੂੰ ਸਭ ਕੁਛ ਸਿਰਫ ਧੁੰਦਲਾ ਹੀ ਨਜ਼ਰ ਆ ਰਿਹਾ ਸੀ। ਮੈਂ ਆਪਣੀਆਂ ਅੱਖਾਂ ਜ਼ੋਰ ਕੇ ਬੰਦ ਕਰ ਲਈਆਂ ਅਤੇ ਬਹੁਤ ਤੇਜ਼ ਰਫ਼ਤਾਰ ਦੇ ਨਾਲ ਸਫ਼ਰ ਸ਼ੁਰੂ ਹੁੰਦਾ ਹੈ ਅਤੇ ਫਿਰ ਹਵਾ ਦੇ ਵਿੱਚ ਮੈਂ ਉੱਡਦੀ ਹੀ ਜਾਂਦੀ ਹਾਂ। ਮੈਨਟ ਦੂਜੇ ਵਿਸ਼ਵ ਯੁੱਧ ਦੌਰਾਨ ਮਹਿਲਾ ਰਾਇਲ ਨੇਵਲ ਸੇਵਾ ਦੇ ਵਜੋਂ ਆਪਣੀ ਸੇਵਾਵਾਂ ਨਿਭਾ ਚੁੱਕੀ ਹੈ। ਆਪਣੇ 100ਵੇਂ ਜਨਮਦਿਨ ਦੇ ਉੱਤੇ ਵੀ ਉਸਨੇ ਬ੍ਰਿਟਿਸ਼ ਦੇ ਵਿੱਚ ਵੱਖ ਤਰੀਕੇ ਦੇ ਨਾਲ ਆਪਣਾ ਜਨਮਦਿਨ ਮਨਾਇਆ ਸੀ। 102ਵੇਂ ਜਨਮਦਿਨ ਦੇ ਉੱਤੇ ਚੈਰਿਟੀ ਦੇ ਲਈ ਉਸਨੇ ਸਕਾਈ ਡਾਈਵਿੰਗ ਕਰਕੇ ਪੈਸੇ ਇਕੱਠੇ ਕੀਤੇ, ਜਿਸ ਦੇ ਵਿੱਚ $13,000 ਕਮਾਉਣ ਦੇ ਵਿੱਚ ਉਹ ਕਾਮਯਾਬ ਹੁੰਦੀ ਹੈ। ਐਵੇਂ ਦੀਆਂ ਹੋਰ ਇੰਸਪਾਇਰਿੰਗ ਵੀਡੀਓਜ਼ ਦੇਖਣ ਦੇ ਲਈ ਵੇਖਦੇ ਰਹੋ ਮਾਈ ਪੰਜਾਬੀ ਟੀ ਵੀ। 102 ਸਾਲ ਦੀ ਉਮਰ ਦੇ ਵਿੱਚ ਅਸਮਾਨ 'ਚ ਮਨਾਇਆ ਜਨਮਦਿਨ ਹੈ। ਮਾਈ ਪੰਜਾਬੀ ਟੀ ਵੀ ਦੇਖ ਰਹੇ ਹੋ ਤੁਸੀਂ, ਮੈਂ ਸ਼ਿਖਰ ਸੰਧੀਰ। ਕਹਿੰਦੇ ਨੇ ਨਾ ਕਿ ਏਜ ਇਜ਼ ਜਸਟ ਆ ਨੰਬਰ, ਔਰ ਇਸਨੂੰ ਡਿਫਾਈਨ ਕਰਦੀ ਹੋਈ ਇੱਕ ਮਹਿਲਾ ਜਿਸਦੀ ਉਮਰ 102 ਸਾਲ ਹੈ ਪਰ ਉਸਦਾ ਜਜ਼ਬਾ ਬਿਲਕੁਲ ਛੋਟੇ ਬੱਚਿਆਂ ਵਰਗਾ ਹੈ। 102 ਸਾਲ ਦੀ ਉਮਰ ਦੇ ਵਿੱਚ ਉਸਨੇ ਅਜਿਹਾ ਰਿਕਾਰਡ ਆਪਣੇ ਨਾਮ ਦਰਜ ਕੀਤਾ ਜੋ ਵੱਡੇ ਵੱਡਿਆਂ ਦੇ ਹੱਥ ਵੀ ਨਹੀਂ ਲੱਗਦਾ। ਦਰਅਸਲ 102 ਸਾਲ ਦੀ ਉਮਰ ਦੇ ਵਿੱਚ ਜਦੋਂ ਪਹੁੰਚੀ ਤਾਂ ਉਸਨੇ ਆਪਣੇ ਜਨਮਦਿਨ ਨੂੰ ਮਨਾਉਣ ਦੇ ਲਈ ਇੱਕ ਅਲੱਗ ਤਰੀਕੇ ਦੀ ਤਰਕੀਬ ਸੋਚੀ। ਉਸਨੇ ਸਕਾਈ ਡਾਈਵਿੰਗ ਕੀਤੀ ਔਰ ਹਜ਼ਾਰਾਂ ਕਿਲੋਮੀਟਰ ਦੂਰ ਧਰਤੀ ਤੋਂ ਹਵਾ ਦੇ ਵਿੱਚ ਉੱਡਦੀ ਹੋਏ ਉਸਨੇ ਆਪਣਾ ਜਨਮਦਿਨ ਮਨਾਇਆ। ਆਖਿਰਕਾਰ ਕਿਸ ਤਰੀਕੇ ਨਾਲ ਉਸਨੂੰ ਇਹ ਆਈਡੀਆ ਆਇਆ ਔਰ ਇਹ ਮਹਿਲਾ ਕਿੱਥੋਂ ਦੀ ਰਹਿਣ ਵਾਲੀ, ਦੱਸਦੇ ਹਾਂ। 102 ਸਾਲ ਦੀ ਉਮਰ ਦੇ ਵਿੱਚ ਅਜੀਬ ਸ਼ੌਂਕ ਕੁਝ ਲੋਕਾਂ ਨੇ ਪਾਲ ਲਿਆ ਔਰ ਉਸਦੇ ਵਿੱਚੋਂ ਇਹ ਮਹਿਲਾ ਆਉਂਦੀ ਹੈ। ਅਜਿਹਾ ਕੰਮ ਕਰ ਦਿਖਾਇਆ ਜੋ ਕਿ ਹੁਣ ਸਭ ਨੂੰ ਪ੍ਰੇਰਣਾ ਦੇ ਰਹੀ ਹੈ। 102 ਸਾਲ ਦੀ ਉਮਰ ਦੇ ਵਿੱਚ ਮੈਨਟ ਨੇ ਹੁਣ ਆਪਣੇ ਨਾਮ ਇੱਕ ਰਿਕਾਰਡ ਦਰਜ ਕਰ ਲਿਆ, ਅਸਮਾਨ ਤੋਂ ਛਾਲ ਮਾਰ ਕੇ ਆਪਣਾ ਜਨਮਦਿਨ ਮਨਾਇਆ। ਇੰਗਲੈਂਡ ਦੇ ਸੋਫਲੋਕ ਦੀ ਰਹਿਣ ਵਾਲੀ ਮੈਨਟ ਨੇ ਆਪਣੀ ਜ਼ਿੰਦਗੀ ਦਾ ਇੱਕ ਹੋਰ ਸਾਲ ਪੂਰਾ ਕਰ ਲਿਆ ਔਰ ਜਸ਼ਨ ਹਵਾ ਦੇ ਵਿੱਚ ਮਨਾਇਆ, ਜਹਾਜ਼ ਤੋਂ
ਛਾਲ ਮਾਰ ਕੇ ਉਸ ਦੀ ਹਿੰਮਤ ਨੂੰ ਸਭ ਕੋਈ ਸਲਾਮ ਕਰ ਰਿਹਾ। ਇੱਕ ਰਿਪੋਰਟ ਦੇ ਵਿੱਚ ਛਪਦਾ ਜਿੱਥੇ 102 ਸਾਲ ਦੀ ਇਹ ਔਰਤ ਲਿਖਦੀ ਹੈ, ਮੈਨੂੰ ਸਕਾਈ ਡਾਈਵਿੰਗ ਕਰਨ ਦਾ ਬਹੁਤ ਸ਼ੌਂਕ ਸੀ। ਮੈਂ ਚਾਹੁੰਦੀ ਸੀ ਕਿ ਮੈਂ ਕਿਸੇ ਵਕਤ ਸਕਾਈ ਡਾਈਵਿੰਗ ਕਰਾਂ, ਔਰ ਬਸ ਫਿਰ ਮੈਂ ਇਸ ਬਰਥਡੇ ਦੇ ਉੱਤੇ ਸੋਚਿਆ ਕਿ ਕਿਉਂ ਨਾ ਕੁਛ ਅਲੱਗ ਕੀਤਾ ਜਾਵੇ, ਅਤੇ ਫਿਰ ਸਕਾਈ ਡਾਈਵਿੰਗ ਕੀਤੀ। ਜਦੋਂ ਮੈਂ ਪਲੇਨ ਦੇ ਵਿੱਚ ਬੈਠੀ ਸੀ ਤਾਂ ਮੈਨੂੰ ਜ਼ਰੂਰ ਥੋੜ੍ਹੀ ਘਬਰਾਹਟ ਹੋ ਰਹੀ ਸੀ। ਮੈਨੂੰ ਲੱਗਦਾ ਸੀ ਕਿ ਮੈਂ ਛਾਲ ਮਾਰ ਵੀ ਪਾਊਂਗੀ ਅਤੇ ਉਸ ਤੋਂ ਬਾਅਦ ਬਚ ਵੀ ਪਾਊਂਗੀ ਕਿ ਨਹੀਂ। ਮੈਨੂੰ ਯਾਦ ਹੈ ਮੇਰੀਆਂ ਲੱਤਾਂ ਜਦੋਂ ਬਾਹਰ ਨਿਕਲੀਆਂ ਤਾਂ ਮੈਂ ਕੰਬ ਰਹੀ ਸੀ, ਔਰ ਮੈਨੂੰ ਸਭ ਕੁਛ ਸਿਰਫ ਧੁੰਦਲਾ ਹੀ ਨਜ਼ਰ ਆ ਰਿਹਾ ਸੀ। ਮੈਂ ਆਪਣੀਆਂ ਅੱਖਾਂ ਜ਼ੋਰ ਕੇ ਬੰਦ ਕਰ ਲਈਆਂ ਅਤੇ ਬਹੁਤ ਤੇਜ਼ ਰਫ਼ਤਾਰ ਦੇ ਨਾਲ ਸਫ਼ਰ ਸ਼ੁਰੂ ਹੁੰਦਾ ਹੈ ਅਤੇ ਫਿਰ ਹਵਾ ਦੇ ਵਿੱਚ ਮੈਂ ਉੱਡਦੀ ਹੀ ਜਾਂਦੀ ਹਾਂ। ਮੈਨਟ ਦੂਜੇ ਵਿਸ਼ਵ ਯੁੱਧ ਦੌਰਾਨ ਮਹਿਲਾ ਰਾਇਲ ਨੇਵਲ ਸੇਵਾ ਦੇ ਵਜੋਂ ਆਪਣੀ ਸੇਵਾਵਾਂ ਨਿਭਾ ਚੁੱਕੀ ਹੈ। ਆਪਣੇ 100ਵੇਂ ਜਨਮ ਦਿਨ ਦੇ ਉੱਤੇ ਵੀ ਉਸਨੇ ਬ੍ਰਿਟਿਸ਼ ਦੇ ਵਿੱਚ ਵੱਖ ਤਰੀਕੇ ਦੇ ਨਾਲ ਆਪਣਾ ਜਨਮ ਦਿਨ ਮਨਾਇਆ ਸੀ। 102ਵੇਂ ਜਨਮ ਦਿਨ ਦੇ ਉੱਤੇ ਚੈਰਿਟੀ ਦੇ ਲਈ ਉਸਨੇ ਸਕਾਈ ਡਾਈਵਿੰਗ ਕਰਕੇ ਪੈਸੇ ਇਕੱਠੇ ਕੀਤੇ, ਜਿਸ ਦੇ ਵਿੱਚ $13,000 ਕਮਾਉਣ ਦੇ ਵਿੱਚ ਉਹ ਕਾਮਯਾਬ ਹੁੰਦੀ ਹੈ। ਐਵੇਂ ਦੀਆਂ ਹੋਰ ਇੰਸਪਾਇਰਿੰਗ ਵੀਡੀਓਜ਼ ਦੇਖਣ ਦੇ ਲਈ ਵੇਖਦੇ ਰਹੋ ਮਾਈ ਪੰਜਾਬੀ ਟੀਵੀ।